ਮੇਰਾ ਨਾਮ ਅਮਰੀਕ ਸਿੰਘ ਠੋਲ ਅੰਬਾ ਜੀ ਸਾਨੂੰ 10 ਸਾਲ ਹੋ ਗਏ ਕੇਸ ਲੜਦਿਆਂ ਨੂੰ ਕਿੰਨੀ ਵਾਰੀ ਮੁਲਾਜ਼ਮ ਨਾਲ ਆਏ ਨੇ ਇਸ ਲੇਡੀਜ਼ ਨੇ ਸਾਨੂੰ ਕੋਈ ਦਵਾਈ ਨਹੀਂ ਦਿੱਤੀ ਜੇ ਗੇਟ ਬਾਹਰ ਖੋਲਣ ਦੀ ਕਰਦੇ ਅੰਦਰ ਤਾਲਾ ਬੰਦ ਕਰ ਦਿੰਦੀ ਸੀ ਅੱਜ ਪੁਲਿਸ ਪ੍ਰੋਟੈਕਸ਼ਨ ਨਾਲ ਕੇ ਅਸੀਂ ਅੱਜ ਫਿਰ ਅਸੀਂ ਅੱਜ ਬੜੇ ਧੱਕੇ ਨਾਲ ਪੁਲਿਸ ਦੀ ਮਿਹਰਬਾਨੀ ਨਾਲ ਅਸੀਂ ਕਬਜ਼ਾ ਲਿਆ ਸਿੰਘ ਦੇ ਨਾਂ ਦੀ ਆ ਉਹਦੇ ਕੋਲ ਮੈਂ ਪਾਵਰ ਆਫ ਅਟਾਰਨੀ ਲਈ ਆ ਮੇਰਾ ਅੰਕਲ ਆ ਉਹ ਕੇਸ ਅਸੀਂ ਰਘਵੀਰ ਸਿੰਘ ਐਸਐਮ ਚੰਡੀਗੜ੍ਹ ਉਹਨਾਂ ਮੈਨੂੰ ਪਾਵਰ ਅਟਾਰਨੀ ਦਿੱਤੀ ਹੋਈ ਇਹ ਬੰਦੇ ਨਜਾਇਜ਼ ਕਾਬਜ਼ ਹੋਈ ਨਜਾਇਜ਼ ਹੀ ਰਹਿੰਦੇ ਤੌਰ 'ਤੇ ਇਹ ਪਹਿਲਾਂ ਕਹਿੰਦੇ ਕਿਰਾਏਦਾਰ ਆ ਅਤੇ ਹੁਣ ਕਹਿੰਦੇ ਵੀ ਅਸੀਂ ਮਾਲਕ ਹਾਂ ਅਤੇ ਮਾਲਕ ਸਾਬਤ ਨਹੀਂ ਕਰ ਸਕਦੇ ਇਹ ਸਾਡਾ ਜੀ ਝਗੜਾ ਰੋਸ਼ਨ ਲਾਲ ਨਾਲ ਹੀ ਇਸ ਝਗੜਾ 2008 ਦਾ ਕੇਸ ਚੱਲਦਾ ਜੀ ਠੀਕ ਹੈ ਸਰਕਾਰ ਨੇ ਸਾਨੂੰ ਕਬਜ਼ਾ ਦਵਾਇਆ ਮਤਲਬ ਵਧੀਆ ਤਰੀਕੇ ਨਾਲ ਦਵਾਇਆ ਜੀ ਬੰਦੇ ਆਏ ਉਹਨਾਂ ਦੇ ਦੂਜੀ ਪਾਰਟੀ ਦੇ ਉਹਨਾਂ ਨੇ ਮਤਲਬ ਡੰਡੇ ਉਂਡੇ ਫੜੇ ਕਿਰਪਾਨ ਫੜੀ ਆ ਅਫਸਰਾਂ ਨਾਲ ਵੀ ਲੜਦੇ ਰਹੇ ਆ ਪੁਲਿਸ ਵਾਲਿਆਂ ਨਾਲ ਅਤੇ ਮਤਲਬ ਪੁਲਿਸ ਨੇ ਮਾਮਲਾ ਸਾਂਭ ਲਿਆ ਫਿਰ ਸਾਰਾ ਇਹ ਹੁਸ਼ਿਆਰਨਗਰ ਦੇ ਬੰਦੇ ਜੀ ਇੱਕ ਦਾ ਨਾਂ ਰਜਿੰਦਰ ਸਿੰਘ ਜੀ ਅਤੇ ਇੱਕ ਦਾ ਮਨਪ੍ਰੀਤ ਅਤੇ ਇੱਕ ਦਾ ਨਾਮ ਰੂਪਾ ਸਾਨੂੰ ਨਾ ਪਰਿਵਾਰ ਦਾ ਝਗੜਾ ਚੱਲਦਾ ਸੀ ਖਾਲੀ ਦਾ 152 ਗੱਜ ਦਾ ਇਹਨਾਂ ਦੀ ਕੋਠੀ 'ਚੋਂ ਸਾਡਾ ਸਮਾਨ ਕੱਢ ਕੇ ਬਾਹਰ ਸੁੱਟਤਾ ਵੇਖ ਲਓ ਔਰ ਪੁਲਿਸ ਧੱਕਾ ਕਰ ਰਹੀ ਸਾਡੇ ਨਾਲ ਸਾਨੂੰ ਉਹਨਾਂ ਨੇ ਮਤਲਬ ਦੱਸਿਆ ਤੱਕ ਨਹੀਂ ਸਾਨੂੰ ਕੋਈ ਨੋਟਿਸ ਵੀ ਨਹੀਂ ਕੀਤਾ ਨਾ ਹੀ ਕੋਈ ਨਹੀਂ ਹਮਲਾ ਕੀਤਾ ਇਹਨਾਂ ਨੇ ਕੀਤਾ ਉਲਟਾ ਇਹਨਾਂ ਪਸਾਰ ਕੱਢਿਆ ਆਪਣਾ ਗੱਲ ਕਰਨ ਕੱਢਿਆ ਉਹਦੇ ਵਾਪਰ ਦੇ ਕੋਈ ਨਾ ਕੱਢਿਆ ਮਰਦੇ ਤਾਣਿਆ ਇਹ ਪ੍ਰਾਈਵੇਟ ਨਹੀਂ ਤਾਂ ਸਰਕਾਰੀ ਆ ਤਾਣਿਆ ਕਿਉਂ ਤਾਣ ਸਕਦਾ ਨਹੀਂ ਬੈਠਾ ਤਾਣਿਆ ਨਹੀਂ ਸਕਦਾ ਕੋਈ ਨਹੀਂ ਤਾਣ ਸਕਦਾ ਜਰਾ ਸਰ ਬਦਮਾਸ਼ੀ ਹੈ ਪੁਲਿਸ ਦੀ ਤੇ ਧੱਕਾ ਸਹੀ ਕਰ ਰਹੇ ਆ ਇਹਨਾਂ ਨੇ ਪੈਸੇ ਲਏ ਆ ਜੀ ਲੈ ਕੇ ਸਾਡੇ ਬਿਲਕੁਲ ਜੀ ਸਾਡੇ ਰਿਸ਼ਤੇਦਾਰਾਂ ਦੀ ਜੀ ਤਰਜੀਤ ਸਿੰਘ ਦੇ ਨਾਂ ਤੇ USA ਨੇ ਜੀ ਆਪ NRI ਆ ਇਹ ਅਦਾਲਤ ਸ਼੍ਰੀ ਦਵਿੰਦਰ ਸਿੰਘ FCA ਸਿਵਲ ਜੱਜ ਵੱਲੋਂ ਆਰਡਰ ਮਿਲਿਆ ਸੀ ਵੀ ਕਬਜ਼ਾ ਦਵਾਉਣ ਦੇ ਦੀ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਪੁਲਿਸ ਵੱਲੋਂ ਵੀ ਸਾਨੂੰ ਮਿਲੀ ਵੀ ਇਹਨੂੰ ਸਿਕਿਉਰਟੀ ਪ੍ਰਦਾਨ ਕੀਤੀ ਜਾਵੇ ਨਾਲ ਲੇਡੀ ਪੁਲਿਸ ਆਈ ਜਾਵੇ ਅਸੀਂ ਕਬਜ਼ਾ ਦਵਾਉਣ ਆਇਆ ਬਲ ਸਾਡੇ ਨਾਲ ਆ ਜੀ ਜਦੋਂ ਅਸੀਂ 15-20 ਬੰਦੇ ਕਿਰਪਾਨਾ ਲੈ ਕੇ ਆਇਆ ਦੇਖੋ ਗਨਾਸੀਆਂ ਕਿਰਪਾਨਾ ਆ ਸਾਰੀ ਵੇਖੋ ਜੀ ਇਹਨਾਂ ਸਾਡੇ 'ਤੇ ਹਮਲਾ ਕੀਤਾ ਵਾ ਅਤੇ ਮੰਨ ਲਓ ਸਰਕਾਰੀ ਡਿਊਟੀ ਵਿੱਚ ਨਾ ਡਿੱਗਣ ਪਾਇਆ ਇਹਨਾਂ ਦੇ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਕਰਮ ਕੀਤੀ ਜਾਊਗੀ ਇਹਨਾਂ ਕੋਲ ਆ ਵੇਖੋ ਜੀ 2 ਦਾਤਰ ਕਿਰਪਾਨ ਗੰਡਾਸੀ ਆ 2 ਡਾਂਗਾਂ ਬਾਕੀ ਬੰਦੇ ਮੌਕੇ ਤੋਂ ਭੱਜ ਗਏ ਜੀ ਅਤੇ ਬਾਕੀ ਹੁਣ ਥਾਣੇ ਚੱਲੇ ਆ ਸਭ ਕੁਝ ਪੇਸ਼ ਕਰ ਲੱਗੇ ਜੋ ਕਾਨੂੰਨੀ ਕਾਰਵਾਈ ਨੇ ਪ੍ਰਫਾਰਮ ਕੀਤੀ ਆਪਾਂ ਕੋਲ ਸਾਰਾ ਹੀ ਪੁੱਛਿਆ ਵੀ ਤੁਸੀਂ ਤੁਹਾਡੇ ਕੋਲ ਰਜਿਸਟਰੀ ਕੋਈ ਹੈਗੀ ਆ ਕੋਈ ਸਟੇਅ ਹੈਗਾ ਜੱਜ ਸਾਹਿਬ ਦੇ ਆਰਡਰ ਮੁਤਾਬਕ ਇਹਨਾਂ ਕੋਈ ਸਾਨੂੰ ਸਟੇਅ ਨਹੀਂ ਵਿਖਾਇਆ ਨਾ ਕੋਈ ਇਹਨਾਂ ਰਜਿਸਟਰੀ ਵਿਖਾਈ ਆ ਨਾ ਕੋਈ ਕਾਰ ਵਿਖਾਇਆ ਜੀ ਉਸ ਤੋਂ ਬਾਅਦ ਇਹ ਖਾਲੀ ਕਰਾਉਣ ਸ਼ੁਰੂ ਕੀਤਾ ਜੋ ਹੁਣ ਜੱਜ ਸਾਹਿਬ ਦਾ ਆਰਡਰ ਹੈਗਾ ਜੀ ਉਸ ਆਪਣੀ ਕਾਰਵਾਈ ਸ਼ੁਰੂ ਕੀਤੀ ਆਪਣੀ देश विदेश के राज्य प्रदेश की सभी तरह की खबरों से जुड़े रहने के लिए हमारे चैनल को शेयर करें अच्छा लगे तो लाइक करें और आगे बने रहने के लिए सब्सक्राइब करें।